ਮੇ ਪੰਜਾਬ ਪੰਜ ਪਾਣੀਆਂ ਦੀ ਧਰਤੀ ਪਾਣੀ ਦੇ ਸੰਕਟ ਦੀਆਂ ਬਰੂਹਾਂ ਤੇ ਖੜਾ ਹੈ ਸਾਨੂੰ ਐਵੇਂ ਲੱਗਦਾ ਹੈ ਕਿ ਇਕੱਲਾ ਪੰਜਾਬ ਹੀ ਐਸਾ ਹੈ ਜਾਂ ਇਸ ਦੇ ਨਾਲ ਦੇ ਖਿੱਤੇ ਨੇ ਜਿਹੜੇ ਪਾਣੀ ਦੇ ਸੰਕਟ ਨੂੰ ਲੈ ਕੇ ਚਿੰਤਤ ਨੇ ਜਾਂ ਇਸ ਮਸੀਮਤ ਦੇ ਵਿੱਚੋਂ ਲੰਘ ਰਹੇ ਨੇ ਪਰ ਜਦੋਂ ਅਸੀਂ ਆਲੇ-ਦਾਲੇ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਪੂਰਾ ਸੰਸਾਰ ਹੀ ਪਾਣੀ ਦੀ ਘਾਟ ਕਰਕੇ ਜਾਂ ਹੁਣ ਆਉਣ ਵਾਲੇ ਸੰਕਟ ਕਰਕੇ ਚਿੰਤਾ ਦੇ ਵਿੱਚ ਹੈ ਜਦੋਂ ਇਹ ਗੱਲ ਵਿਚਾਰੀ ਜਾਂਦੀ ਹੈ ਕਿ ਇਹਦੇ ਕਾਰਨ ਕੀ ਨੇ ਇਹਦੇ ਕਾਰਨ ਹਰੇ ਖਿੱਤੇ ਦੇ ਆਪਣੇ ਆਪਣੇ ਨੇ ਆਪਾਂ ਇੱਥੇ ਪੰਜਾਬ ਨੂੰ ਲੈ ਕੇ ਇਕੱਠੇ ਹੋਏ ਆਂ ਪੰਜਾਬ ਦੀ ਚਿੰਤਾ ਇਸ ਮੁਸੀਬਤ ਦੇ ਹੱਲ ਲਈ ਇਕੱਠੇ ਹੋਏ ਆਂ ਤਾਂ ਆਪਾਂ ਆਪਣੀ ਗੱਲਬਾਤ ਦਾ ਜ਼ਿਆਦਾ ਵਿਸ਼ਾ ਉਸੇ ਤੇ ਕੇਂਦਰਿਤ ਰਹੂਗਾ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣੀ ਚਾਹਾਂਗੀ ਕਿ ਪਾਣੀ ਵਰਤਨ ਦੇ ਦੋ ਹੀ ਸੋਮੇ ਹੁੰਦੇ ਹਨ ਆਮ ਤੌਰ ਤੇ ਇੱਕ ਤੇ ਤੁਹਾਡੇ ਕੋਲ ਜਿਹੜਾ ਉੱਪਰਲੀ ਸਤ੍ਹਾ ਤੇ ਪਾਣੀ ਆ ਜਿਹੜਾ ਸਾਡੇ ਕੋਲ ਦਰਿਆਵਾਂ ਦੇ ਵਿੱਚ ਆ ਜਾਂ ਨਹਿਰੀ ਪਾਣੀ ਆ ਇੱਕ ਹੈ ਪਾਣੀ ਦੇ ਧਰਤੀ ਦੇ ਹੇਠਲਾ ਪਾਣੀ ਜਿਹਨੂੰ ਅਸੀਂ ਜ਼ਮੀਨ ਹੇਠਲਾ ਪਾਣੀ ਕਹਿੰਦੇ ਆ ਇਹਨਾਂ ਦੋਨਾਂ ਸੋਮਿਆਂ ਦੇ ਵਿੱਚ ਹੀ ਪੂਰੀ ਮਨੁੱਖਤਾ ਜਿਹੜੀ ਉਹਨੇ ਆਪਣੀ ਲੋੜ ਆ ਉਹ ਪੂਰੀ ਕਰਨੀ ਆ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਉੱਪਰਲਾ ਪਾਣੀ ਸਾਡੇ ਕੋਲ ਮੌਜੂਦ ਹੈ ਦਰਿਆਵਾਂ ਦੇ ਵਿੱਚ ਜਾਂ ਨਹਿਰੀ ਪਾਣੀ ਆ ਤਾਂ ਉੱਥੇ ਜਾਹਰ ਜੀ ਗੱਲ ਆ ਕਿ ਉਹ ਜਿਹੜੇ ਮੁਲਖ ਨੇ ਉਹ ਖਿੱਤੇ ਨੇ ਪਹਿਲਾਂ ਉਹ ਪਾਣੀ ਵਰਤਦੇ ਨੇ ਤੇ ਉਹ ਤੋਂ ਬਾਅਦ ਉਹ ਜੋ ਜ਼ਮੀਨ ਹੇਠਲਾ ਪਾਣੀ ਆ ਉਹਨੂੰ ਇਨਵੀਜ਼ੀਬਲ ਕਰਾਰ ਦਿੰਦੇ ਨੇ ਵੀ ਅਣਦਿੱਖ ਗਿਣ ਕੇ ਉਹਨੂੰ ਛੱਡ ਦਿੰਦੇ ਨੇ ਆਪਣੇ ਪਵਿੱਖ ਲਈ ਸਾਹਮ ਕੇ ਰੱਖਦੇ ਨੇ ਜਾਂ ਘਟ ਵਰਤਦੇ ਨੇ ਪਰ ਪੰਜਾਬ ਇੱਕ ਇਹ ਜਹਾ ਖਿੱਤਾ ਹੈ ਜਿੱਥੇ ਅਸੀਂ ਨਹਿਰੀ ਪਾਣੀ ਜਾਂ ਦਰਿਆ ਦਾ ਪਾਣੀ ਉਹਦੇ ਲਈ ਇੱਕ ਪਾਸੇ ਲੜਾਈ ਲੜ ਰਹੇ ਆ ਤੇ ਦੂਜੇ ਪਾਸੇ ਜੋ ਸਾਡੇ ਕੋਲ ਸੋਮਾ ਹੈ ਪਾਣੀ ਦਾ ਜ਼ਮੀਨ ਹੇਠਲਾ ਉਹਨੂੰ ਅਸੀਂ ਪੂਰੇ ਜ਼ੋਰ ਨਾਲ ਵਰਤ ਰਹੇ ਆ। ਭਾਰਤ ਦੇ ਵਿੱਚ ਦੁਨੀਆ ਦੀ 18% ਪਾਪੂਲੇਸ਼ਨ ਹੈ ਤੇ ਪਾਣੀ ਆ ਜੋ ਗਰਾਊਂਡ ਵਾਟਰ ਹੈ, ਜ਼ਮੀਨ ਹੇਠਲਾ ਪਾਣੀ ਆ ਉਹ 4% ਹੈ। ਤੇ ਦੂਜੀ ਗੱਲ, ਹੁਣ ਉਹ 18% ਪਾਪੂਲੇਸ਼ਨ ਲਈ ਉਹ 4% ਜੋ ਪਾਣੀ ਆ ਉਹ ਉਹਦੇ ਵਿੱਚੋਂ ਹੀ ਲੋੜ ਪੂਰੀ ਹੋਣੀ ਆ। ਉਸ ਤੋਂ ਬਾਅਦ ਜੋ ਅੱਗੇ ਗੱਲ ਆਉਂਦੀ ਹੈ ਕਿ ਪੰਜਾਬ ਸਾਰੀ ਦੁਨੀਆ ਦੀ ਸਭ ਤੋਂ ਜਿਆਦਾ ਪੈਦਾਵਾਰ ਦੇਣ ਵਾਲੀ ਧਰਤੀ ਹੈ ਉਹਦਾ ਵੱਡਾ ਕਾਰਨ ਇਹੀ ਹੈ ਕਿ ਇੱਥੇ ਜ਼ਮੀਨ ਹੇਠਲਾ ਸਾਡੇ ਕੋਲ ਪਾਣੀ ਆ ਤੇ ਪੌਣ ਪਾਣੀ ਆ ਆਲੇ-ਦਾਲੇ ਵਾਲਾ ਸਾਡਾ ਮੌਸਮ ਐਵੇਂ ਦਾ ਹੈ ਤੇ ਹੁਣ ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੁਨੀਆ ਦੇ ਸਭ ਤੋਂ ਜ਼ਿਆਦਾ ਟਿਊਬਵੈਲ ਨੇ ਉਹ ਵੀ ਪੰਜਾਬ ਦੀ ਧਰਤੀ ਤੇ ਲੱਗੇ ਨੇ ਤਾਂ ਹੁਣ ਜਾਹਰ ਜੀ ਗੱਲ ਹੈ ਕਿ ਪਾਣੀ ਥੱਲੇੋਂ ਹੀ ਜ਼ਿਆਦਾ ਨਿਕਲਣਾ ਹੈ ਆ ਇੱਕ ਚਾਰਟ ਹੈ ਇਹਦੇ ਵਿੱਚ ਆਪਾਂ ਪਿੱਛੇ ਜੇ ਇੱਕ ਖਬਰ ਸੀ ਕਿ 150 ਬਲਾਕ ਪੰਜਾਬ ਨੂੰ ਜੇ 150 ਬਲਾਕ ਦੇ ਵਿੱਚ ਵੰਡ ਲਿਆ ਜਾਵੇ ਤਾਂ ਉਹਨਾਂ ਦੇ ਵਿੱਚੋਂ 117 ਹਿੱਸੇ ਇਹ ਜਿਹੇ ਨੇ ਜਿਹੜੇ ਓਵਰ ਐਕਸਪਲੋਇਟਡ ਨੇ ਅਤਿ ਸ਼ੋਸ਼ਿਤ ਨੇ ਮਤਲਬ ਜਿੱਥੇ ਜਿੰਨਾ ਪਾਣੀ ਜ਼ਮੀਨ 'ਚ ਜਾ ਰਿਹਾ ਉਹ ਤੋਂ ਦੁੱਗਣਾ ਢਾਈ ਗੁਣਾ ਜਾਂ ਤਿੰਨ ਗੁਣਾ ਬਾਹਰ ਨਿਕਲ ਰਿਹਾ ਤਾਂ ਹੁਣ ਉਹ ਇੰਨੇ ਓਵਰ ਐਕਸਪਲੋਇਟਡ ਨੇ ਜਿਨ੍ਹਾਂ ਦੇ ਵਿੱਚ ਕਹਿ ਲਓ ਤੁਸੀਂ ਇਹ ਅੰਕੜੇ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਹੋ ਗਿਆ ਅੰਮ੍ਰਿਤਸਰ ਹੋ ਗਿਆ ਜਲੰਧਰ ਹੋ ਗਿਆ ਉਹਦੇ ਜਿੰਨੇ ਦੇ ਜਿੰਨੇ ਬਲਾਕ ਨੇ ਉਹ ਸਾਰੇ ਦੇ ਸਾਰੇ ਓਵਰ ਐਕਸਪਲੋਇਟਡ ਨੇ ਉੱਥੇ ਕੁਝ ਖਿੱਤੇ ਇਹ ਜਿਹੇ ਨੇ ਜਿਹੜੇ ਐਵੇਂ ਦੀ ਇਸ ਕੈਟਾਗਰੀ ਚ ਨਹੀਂ ਆਉਂਦੇ ਜਿਵੇਂ ਪਠਾਨਕੋਟ ਹੋ ਗਿਆ ਉਹ ਇਸ ਕੈਟਾਗਰੀ ਚ ਨਹੀਂ ਆਉਂਦਾ ਜਾਂ ਫਿਰ ਮੁਕਸਰ ਹੋ ਗਿਆ ਉਹ ਵੀ ਇਸ ਚ ਨਹੀਂ ਆਉਂਦਾ ਉਹਦਾ ਕਾਰਨ ਇਹ ਨਹੀਂ ਕਿ ਉੱਥੇ ਜੀੜੀ ਨਹੀਂ ਲੱਗਦੀ ਜਾਂ ਉੱਥੇ ਪਾਣੀ ਕੱਢਿਆ ਨਹੀਂ ਜਾਂਦਾ ਉਹਦਾ ਕਾਰਨ ਇਹ ਆ ਕਿ ਉਹਨਾਂ ਦਾ ਜ਼ਮੀਨ ਹੇਠਲਾ ਪਾਣੀ ਉਹਦੇ ਵਿੱਚ ਰਸਾਇਣ ਇੰਨੇ ਜ਼ਿਆਦਾ ਮਿਲੇ ਹੋਏ ਨੇ ਕਿ ਉਹ ਪੀਣ ਲਈ ਵਰਤਿਆ ਨਹੀਂ ਜਾ ਸਕਦਾ ਇਸ ਕਰਕੇ ਉਹਨੂੰ ਘੱਟ ਤੋਂ ਘੱਟ ਕੱਢਿਆ ਜਾਂਦਾ ਹੈ ਤਾਂ ਹੁਣ ਓਵਰਸ਼ੋ ਸੀ ਤੋਂ ਹੋਣ ਕਰਕੇ ਓਵਰ ਐਕਸਪਲਾਈਟਡ ਹੋਣ ਕਰਕੇ ਜਿੰਨੇ ਸਾਡੇ ਬਲੌਗ ਨੇ ਪਾਣੀ ਜਦੋਂ ਅਸੀਂ ਕੱਢੀ ਜਾਣਾ ਕੱਢੀ ਜਾਣਾ ਤਾਂ ਇੱਕ ਨਾ ਇੱਕ ਦਿਨ ਤੇ ਪਾਣੀ ਖਤਮ ਹੋਣਾ ਇਸੇ ਲਈ ਪਿੱਛੇ ਜੇ ਇੱਕ ਪੀਯੂ ਵੱਲੋਂ ਰਿਪੋਰਟ ਛਪੀ ਸੀ ਵੀ ਅਗਲੇ 20-21 ਸਾਲਾਂ ਤੱਕ ਪੰਜਾਬ ਦਾ ਪਾਣੀ ਆ ਜਿਹੜਾ ਉਹ ਜ਼ਮੀਨ ਹੇਠਲਾ ਮੁੱਕ ਜਾਣਾ ਤੇ ਹੁਣ ਉਹ ਹੱਦ ਜਿਹੜੇ ਸਾਲ ਨੇ ਉਹ ਘਟ ਕੇ 17 ਕੀ ਰਹਿ ਗਏ 15 16 17 ਜਾਂ 20 ਸਾਲਾਂ ਬਾਅਦ ਜਿਹੜਾ ਪਾਣੀ ਆ ਪੰਜਾਬ ਦਾ ਉਹ ਖਤਮ ਹੋ ਜਾਣਾ ਤੇ ਉਹ ਤੋਂ ਬਾਅਦ ਜਦੋਂ ਸਾਡੇ ਕੋਲ ਪੀਣ ਲਈ ਵੀ ਪਾਣੀ ਨਹੀਂ ਹੋਊ ਤੇ ਫਿਰ ਅਸੀਂ ਕੀ ਕਰਾਂਗੇ ਇਹ ਸੋਚਣੇ ਵਾਲੀ ਗੱਲ ਆ ਹੁਣ ਜਦੋਂ ਮੌਸਮ ਦੀ ਗੱਲ ਕਰਦੇ ਆਂ ਵਾਤਾਵਰਨ ਦੀ ਗੱਲ ਕਰਦੇ ਆਂ ਚਾਹੇ ਕਿਸੇ ਖਿੱਤੇ ਦੀ ਜ਼ਮੀਨ ਆ ਚਾਹੇ ਕਿਸੇ ਖਿੱਤੇ ਦਾ ਪਾਣੀ ਆ ਚਾਹੇ ਕਿਸੇ ਖਿੱਤੇ ਦੀ ਹਵਾ ਐ ਇਹ ਸਾਰੇ ਇੱਕ ਦੂਜੇ ਨਾਲ ਬਹੁਤ ਜੁੜੇ ਹੁੰਦੇ ਨੇ ਇਹ ਨਹੀਂ ਹੋ ਸਕਦਾ ਕਿ ਕਿਸੇ ਖਿੱਤੇ ਵਿੱਚ ਪਾਣੀ ਬਹੁਤ ਜ਼ਿਆਦਾ ਹੋਵੇ ਤੇ ਹਵਾ ਦੀ ਕੁਆਲਿਟੀ ਆ ਜਿਹੜੀ ਉਹ ਬਹੁਤ ਮਾੜੀ ਹੋਵੇ ਯਾ ਹਵਾ ਬਹੁਤ ਸਾਫ਼ ਹੋਵੇ ਉੱਥੇ ਰੁੱਖ ਨਾ ਹੋਣ ਜਾਂ ਕਿਵੇਂ ਨਾ ਕਿਵੇਂ ਪਾਣੀ ਜਿਹੜਾ ਹੈ ਉਹ ਇਹ ਸਾਰੀਆਂ ਚੀਜ਼ਾਂ ਨੂੰ ਇੰਪੈਕਟ ਕਰਦਾ ਇਹ ਸਾਰੀਆਂ ਚੀਜ਼ਾਂ ਤੇ ਪ੍ਰਭਾਵ ਪਾਉਂਦਾ ਉਵੇਂ ਇਹ ਸਾਰੀਆਂ ਚੀਜ਼ਾਂ 22 ਵਰਸਾ ਉਹਦੇ ਤੇ ਪ੍ਰਭਾਵ ਪਾਉਂਦੀਆਂ ਨੇ ਤਾਂ ਹੁਣ ਇੱਕ ਰਿਪੋਰਟ ਕਹਿੰਦੀ ਆ ਮਾਰਾਂ ਦੀ ਕਿ ਵੀ ਜਿਹੜੇ ਪਲੇਨ ਖਿੱਤੇ ਨੇ ਜਿਹੜੇ ਮੈਦਾਨੀ ਏਰੀਆ ਉਹਦੇ ਵਿੱਚ 20% ਰੁੱਖ ਚਾਹੀਦੇ ਨੇ ਜੇ ਪਹਾੜੀ ਆ ਤਾਂ 40 ਤੋਂ 45% ਉੱਥੇ ਰੁੱਖ ਚਾਹੀਦੇ ਨੇ ਤਾਂ ਕੁੱਲ ਮਿਲਾ ਕੇ ਇਹ ਗੱਲ ਮੰਨੀ ਜਾਂਦੀ ਆ ਕਿ 30% ਸਾਰੀ ਧਰਤੀ ਤੇ ਉਹ ਇੰਨਾ ਕਿ ਹਿੱਸਾ ਹੈ ਜਿਹੜਾ ਉਹ ਰੁੱਖਾਂ ਦਾ ਚਾਹੀਦਾ ਤੇ ਭਾਰਤ ਦੇ ਵਿੱਚ 21% ਜਿਹੜਾ ਏਰੀਆ ਉਹ ਰੁੱਖਾਂ ਦਾ ਪਰ ਪੰਜਾਬ ਦੇ ਵਿੱਚ ਹਾਲਾਤ ਤੁਸੀਂ ਦੇਖ ਸਕਦੇ ਹੋ ਕਿੰਨੇ ਰੁੱਖਾਂ ਦੇ ਘਟ ਨੇ ਗੁਰਦਾਸਪੁਰ 5.63% ਅੰਮ੍ਰਿਤਸਰ ਸਾਹਿਬ ਉਹ 0.95% ਖਿੱਤਾ ਜਿਹੜਾ ਉਹ ਰੁੱਖਾਂ ਦੇ ਵਿੱਚ ਥੱਲੇ ਆਉਂਦਾ ਤੇ ਸਭ ਤੋਂ ਜਿਹੜਾ ਘਟ ਰਕਬਾ ਹੈ ਉਹ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ 0.32% ਕਿੱਥੇ 30% ਕਿੱਥੇ ਪੁਆਇੰਟ 32% ਹੁਣ ਇਹ ਸਾਰੀਆਂ ਗੱਲਾਂ ਭਾਵੇਂ ਪਾਣੀ ਨਾਲ ਉਹਵੇਂ ਸਿੱਧੀਆਂ ਨਹੀਂ ਜੁੜੀਆਂ ਹੋਈਆਂ ਪਰ ਮੌਸਮ ਨਾਲ ਬਹੁਤ ਬੁਰੇ ਤਰੀਕੇ ਨਾਲ ਜੁੜੀਆਂ ਨੇ ਜੇ ਜਿੱਥੇ ਜ਼ਿਆਦਾ ਰੁੱਖ ਹੋਣਗੇ ਆਪਾਂ ਸਾਰਿਆਂ ਨੇ ਸੁਣਿਆ ਉੱਥੇ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਹੁੰਦੀ ਹੈ ਤੇ ਜੋ ਮੌਸਮ ਦੀ ਇਹ ਤਬਦੀਲੀ ਹੋ ਰਹੀ ਆ ਵੀ ਮੀਂਹ ਭਾਵੇਂ ਦੇਖਣ ਨੂੰ ਸਾਡੇ ਵੱਧ ਪੈ ਰਹੇ ਨੇ ਪਰ ਲੰਬੀਆਂ ਝੜੀਆਂ ਕੋਈ ਨਹੀਂ ਲੱਗ ਰਹੀਆਂ ਕੋਈ ਮੀਂਹ ਥੋੜੇ ਟਾਈਮ ਲਈ ਸਵੇਰੇ ਪੈ ਗਿਆ ਸ਼ਾਮ ਨੂੰ ਪੈ ਗਿਆ ਇਹ ਬਾਛੜਾ ਜਾਂ ਕਹਿ ਲਓ ਥੋੜੇ ਥੋੜੇ ਖਿੱਤੇ 'ਚ ਮੀਂਹ ਪੈ ਰਹੇ ਨੇ ਤਾਂ ਇਹ ਵੀ ਮੌਸਮ ਦੀ ਆਪ ਦੇ ਆਪ ਚ ਤਬਦੀਲੀ ਆ ਜਿਨ੍ਹਾਂ ਦਾ ਵੱਡਾ ਕਾਰਨ ਇਹ ਰੁੱਖ ਹੋਣਗੇ ਉਹ ਤੋਂ ਅੱਗੇ ਤੀਜਾ ਅਗਲਾ ਕਾਲਮ ਹੈ ਜਿਹੜਾ ਉਹ ਸਾਡਾ ਝੋਨੇ ਥੱਲੇ ਰਕਬਾ ਗ੍ਰੀਨ ਰੈਵੋਲੂਸ਼ਨ ਆਈ ਹਰੀ ਕ੍ਰਾਂਤੀ ਆਈ ਉਹਦੇ ਬਾਅਦ ਸਾਡਾ ਫੋਕਸ ਮੇਨ ਤੌਰ ਤੇ ਦੋ ਹੀ ਫਸਲਾਂ ਤੇ ਹੋ ਗਿਆ ਠੀਕ ਹੈ ਇੱਕ ਝੋਨੇ ਤੇ ਇੱਕ ਕਣਕ ਤੇ ਹੋ ਗਿਆ ਉਹ ਝੋਨਾ ਵਧਾਉਣ ਲਈ ਲਗਾਤਾਰ ਨਵੀਆਂ ਤਕਨੀਕਾਂ ਆ ਰਹੀਆਂ ਨੇ ਨਵੇਂ ਵੀ ਆ ਰਹੇ ਨੇ ਇਸ ਕਰਕੇ ਜਿਹਦਾ ਐਮਐਸਪੀ ਆ ਉਹ ਫਸਲ ਹੈ ਇਸ ਕਰਕੇ ਉਹ ਝੋਨੇ ਦਾ ਰਕਬਾ ਹੈ ਜਿਹੜਾ ਉਹ ਵਧਦਾ ਜਾ ਰਿਹਾ ਹੁਣ ਉਹਦੇ ਵਿੱਚ ਦੇਖਿਆ ਜਾ ਸਕਦਾ ਕਿ 60 83 ਜਾਂ ਜ਼ਿਆਦਾ ਤੋਂ ਜ਼ਿਆਦਾ ਜਿੰਨੇ ਰਕਬੇ ਨੇ ਕਈ ਇਹ ਜੇ ਵੀ ਨੇ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ 91% ਏਰੀਆ ਜਿਹੜਾ ਉਹ ਝੋਨੇ ਥੱਲੇ ਆ ਉਹ ਤੋਂ ਅੱਗੇ ਹੁਣ ਪਾਣੀ ਦੇ ਕੋਲ ਭੰਡਾਰਾਂ ਦੀ ਗੱਲ ਕਰੀਏ ਤਾਂ ਆਮ ਤੌਰ ਤੇ ਅਸੀਂ ਇਹ ਗੱਲ ਮੰਨਦੇ ਆ ਕਿ ਜ਼ਮੀਨ ਥੱਲੇ ਪਾਣੀ ਦੇ ਤਿੰਨ ਪੱਤਣ ਨੇ ਪਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਸਾਰੇ ਜਿੰਨੇ ਜ਼ਿਲ੍ਹੇ ਨੇ ਸਾਰਿਆਂ ਦੇ ਵਿੱਚ ਤਿੰਨ ਪੱਤਣ ਨਹੀਂ ਹਨ ਕਿਸੇ 'ਚ ਇੱਕ ਹੈ ਪੀਣ ਯੋਗਾ ਪਾਣੀ ਹੈ ਕਿਸੇ 'ਚ ਨਹੀਂ ਹੈ ਤਾਂ ਐਵੇਂ ਚੱਲ ਰਿਹਾ ਤੇ ਜਿੱਥੇ-ਜਿੱਥੇ ਇੱਕ ਪੱਤਣ ਹੈ ਪਾਣੀ ਦਾ ਜਦੋਂ ਉੱਥੇ ਉਹ ਪਾਣੀ ਮੁੱਕ ਗਿਆ ਫਿਰ ਉਹ ਤੋਂ ਬਾਅਦ ਅਗਲਾ ਹੱਲ ਕੀ ਹੈ ਇਹ ਸਾਡੀ ਪੰਜਾਬ ਦੀ ਹੋਣ ਦੀ ਸਥਿਤੀ ਆ ਜਿਹੜੀ ਵਾਕਈ ਬਹੁਤ ਜ਼ਿਆਦਾ ਧਿਆਨ ਮੰਗਦੀ ਆ ਧਿਆਨ ਤੋਂ ਬਿਨਾ ਕਾਰਜ ਮੰਗਦੀ ਆ ਕਿ ਅਸੀਂ ਇਸ ਪਾਸੇ ਤੁਰੀਏ ਕੋਈ ਨਾ ਕੋਈ ਕੰਮ ਸ਼ੁਰੂ ਕਰੀਏ ਹੁਣ ਇਸ ਤੋਂ ਬਾਅਦ ਅੱਗੇ ਗੱਲ ਚੱਲਦੀ ਆ ਸਾਡੇ ਕਾਰਨਾਂ ਦੀ ਵੀ ਆਖਰ ਪੰਜਾਬ ਦਾ ਸੰਕਟ ਪਾਣੀ ਦਾ ਸੰਕਟ ਕਿਉਂ ਆ ਗਿਆ ਸਾਡੇ ਸਾਰਿਆਂ ਦੇ ਧਿਆਨ 'ਚ ਨੇ ਕਾਰਨ ਜਦੋਂ ਅਸੀਂ ਗੱਲ ਸ਼ੁਰੂ ਕਰਦੇ ਆ ਕਾਰਨਾਂ ਦੀ ਤਾਂ ਆਮ ਤੌਰ ਤੇ ਸਭ ਤੋਂ ਪਹਿਲਾਂ ਖੇਤੀ ਵਾਲਿਆਂ ਨੂੰ ਕਿਹਾ ਜਾਂਦਾ ਵੀ ਉਹ ਝੋਨਾ ਲਾਉਂਦੇ ਨੇ ਉਹ ਉਹਨਾਂ ਨਾਲ ਗੱਲ ਕਰੋ ਤੁਸੀਂ ਤੋ ਸ਼ੁਰੂ ਹੋ ਜਾਂਦੀ ਹੈ ਗੱਲ ਕਿ ਵੀ ਇੰਡਸਟਰੀ ਵਾਲੇ ਵੀ ਆਪਦਾ ਵਰਤਦੇ ਨੇ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਰੋਲਾ ਇੰਡਸਟਰੀ ਨਾਲ ਉਧਰੋਂ ਤਾਂ ਕੋਈ ਨੁਮਾਇੰਦਾ ਬੋਲਦਾ ਹੀ ਨਹੀਂ ਐ ਫਿਰ ਹੌਲੀ ਹੌਲੀ ਗੱਲ ਆ ਜਾਂਦੀ ਹੈ ਤੁਹਾਡੇ ਘਰੇਲੂ ਵਰਤਨਾਂ ਤੇ ਵੀ ਆਰਓ ਲੱਗ ਗਏ ਹੋ ਗਿਆ ਜਦੋਂ ਇਹ ਸਾਰੇ ਕਾਰਨਾ ਤੇ ਇੱਕ ਦੂਜੇ ਤੇ ਬਲੇਮ ਗੇਮ ਚੱਲ ਪੈਂਦੀ ਹੈ ਇੱਕ ਦੂਜੇ ਤੇ ਦੋਸ਼ ਮੜੇ ਜਾਂਦੇ ਨੇ ਉਦੋਂ ਹੱਲ ਨਹੀਂ ਲੱਭਣਾ ਇਹ ਸਾਨੂੰ ਸਾਰਿਆਂ ਨੂੰ ਮੰਨਣਾ ਪੈਣਾ ਵੀ ਅਸੀਂ ਸਾਰੇ ਇਸ ਵੱਲ ਨੂੰ ਆ ਤੇ ਇਸ ਇਸ ਤੇ ਹੱਲ ਕਰਨ ਲਈ ਉਪਰਾਲੇ ਵੀ ਅਸੀਂ ਸਾਰਿਆਂ ਨੇ ਕਰਨੇ ਨੇ ਤਾਂ ਸਭ ਤੋਂ ਪਹਿਲਾਂ ਜਿਵੇਂ ਸ਼ੁਰੂ ਕਰਾਂ ਕਾਰਨਾਂ ਦੀ ਗੱਲ ਤਾਂ ਖੇਤੀ ਦੋ ਤਰ੍ਹਾਂ ਦੇ ਕਾਰਨ ਨੇ ਇੱਕ ਦਿਸ਼ ਦੇ ਤੇ ਇੱਕ ਅਣ ਦਿਸ਼ ਦੇ ਪਹਿਲਾਂ ਦਿਸ਼ ਦੇਆਂ ਦੀ ਗੱਲ ਕਰਦੇ ਆਂ ਖੇਤੀ ਖੇਤਰ ਦੇ ਵਿੱਚ ਝੋਨਾ ਤੇ ਕਣਕ ਇਹ ਦੋ ਮੁੱਖ ਫਸਲਾਂ ਹੋਣ ਕਰਕੇ ਸਾਰਾ ਹੀ ਝੋਨੇ ਤੇ ਵਜਨ ਆ ਜਾਂਦਾ ਕਿ ਇਹ ਸਭ ਤੋਂ ਵੱਧ ਪਾਣੀ ਜਿਹੜਾ ਹੈ ਉਹ ਪੰਜਾਬ ਦਾ ਮਕਾ ਰਹੇ ਨੇ ਹੁਣ ਮੈਂ ਇੱਥੇ ਇੱਕ ਗੱਲ ਦੱਸਣਾ ਚਾਹੁੰਨੀ ਆ ਕਿ ਦੁਨੀਆ ਦੇ ਵਿੱਚ ਜਿਆਦਾ ਜਿਹੜਾ ਖਿੱਤੇ ਨੇ ਉਹ ਖੇਤੀ ਤੇ ਨਿਰਪਰ ਨੇ ਤੇ ਜ਼ਾਹਰ ਜੀ ਗੱਲ ਹੈ ਕਿ ਜਿਹੜੇ ਜਿਹਦੇ ਤੇ ਨਿਰਪਰਤਾ ਜਿਆਦਾ ਹੈ ਤੇ ਪਾਣੀ ਉੱਥੇ ਵਰਤਿਆ ਜਾਣਾ ਹੈ ਹੁਣ ਖੇਤੀ ਹੋਣੀ ਹੀ ਪਾਣੀ ਨਾਲ ਹੈ ਤਾਂ ਉੱਥੇ ਪਾਣੀ ਹੈ ਵਰਤਿਆ ਜਾਣਾ ਜੇ ਤੇ ਖੇਤੀ ਤੋਂ ਬਿਨਾਂ ਸਾਡੇ ਕੋਲ ਕੋਈ ਹੋਰ ਪਾਸਾ ਹੋਵੇ ਅਸੀਂ ਉੱਤੇ ਨਿਰਪਰ ਕਰੀਏ ਜਿਹੜਾ ਸਾਡੇ ਵਾਤਾਵਰਣ ਨੂੰ ਖਰਾਬ ਨਾ ਕਰੇ ਤਾਂ ਅਸੀਂ ਉਹਦੇ ਤੇ ਨਿਰਪਰ ਤਦ ਦਿਖਾਵਾਂਗੇ ਵੀ ਵਿਸ਼ਵਾਸ ਵੀ ਦਿਖਾਵਾਂਗੇ ਪਰ ਹੁਣ ਝੋਨੇ ਝੋਨੇ ਦੇ ਕਰਕੇ ਸਾਰਾ ਜਿਹੜਾ ਉਹ ਬਲੇਮ ਆ ਉਹ ਇਹਦੇ ਤੇ ਹੀ ਆ ਜਾਂਦਾ ਹੁਣ ਹਰੀ ਕ੍ਰਾਂਤੀ ਆਈ ਹਰੀ ਕ੍ਰਾਂਤੀ ਤੋਂ ਬਾਅਦ ਹੋਰ ਫਸਲਾਂ ਨੂੰ ਬਿਲਕੁਲ ਅੱਖੋਂ-ਓਲੇ ਕਰਤਾ ਮੇਨ ਫੋਕਸ ਹੋ ਗਿਆ ਝੋਨੇ ਤੇ ਝੋਨੇ ਦਾ ਹੀ ਐਮਐਸਪੀ ਮਿਲਦਾ ਹੈ ਹੁਣ ਉਹਦਾ ਐਮਐਸਪੀ ਜਦੋਂ ਮਿਲਦਾ ਹੈ ਤਾਂ ਕਿਸਾਨ ਇਸ ਟਾਈਮ ਇਸ ਕੰਡੀਸ਼ਨ ਦੇ ਵਿੱਚ ਹੀ ਨਹੀਂ ਹੈ ਕਿ ਉਹ ਆਰਥਿਕ ਤੰਗੀ ਛੱਲ ਕੇ ਉਹ ਤੋਂ ਬਾਅਦ ਉਹ ਕੋਈ ਹੋਰ ਫਸਲ ਉਪਜਾ ਸਕੇ ਤਾਂ ਉਹਦੇ ਤੇ ਇਸ ਕਰਕੇ ਮਸਲਾ ਆਉਂਦਾ ਪਰ ਝੋਨਾ ਸਭ ਤੋਂ ਵੱਧ ਪਾਣੀ ਆ ਜਿਹੜਾ ਉਹ ਖਾ ਰਿਆ ਪੰਜਾਬ ਦਾ ਹੁਣ ਜਦੋਂ ਦੂਜੀ ਗੱਲ ਕਰਦੇ ਆ ਤਾਂ ਇੰਡਸਟਰੀ ਦੀ ਗੱਲ ਆਉਂਦੀ ਆ ਇੰਡਸਟਰੀ ਬਾਰੇ ਤੁਸੀਂ ਜਿੰਨਾ ਮਰਜੀ ਬੋਲ ਬਰਾਲਾ ਚੱਲੀ ਜਾਵੇ ਰੌਲਾ ਪਈ ਜਾਵੇ ਕਿ ਉਹ ਪਾਣੀ ਖਰਾਬ ਕਰ ਰਹੇ ਨੇ ਪਾਣੀ ਪਲੀਟ ਕਰ ਰਹੇ ਨੇ ਪਾਣੀ ਵੱਧ ਵਰਤ ਰਹੇ ਨੇ ਉਧਰੋਂ ਕਦੇ ਕੋਈ ਜਵਾਬ ਨਹੀਂ ਆਉਂਦਾ ਇਸ ਗੱਲ ਦਾ ਵੀ ਉਹ ਕਿਉਂ ਕਰ ਰਹੇ ਨੇ ਕੀ ਉਹਨਾਂ ਦਾ ਹੈ ਕੀ ਨਹੀਂ ਹੈ ਠੀਕ ਆ ਹੁਣ ਆ ਪਿੱਛੇ ਜੇ ਆਪਾਂ ਸਾਰਿਆਂ ਨੇ ਮੱਤੇਵਾੜਾ ਪ੍ਰੋਜੈਕਟ ਮੈਗਾ ਟੈਕਸਟਾਈਲ ਪਾਰਕ ਸੀਗਾ ਇਹਦੇ ਬਾਰੇ ਸਾਰਿਆਂ ਨੇ ਆਪਾਂ ਨੇ ਸੁਣੀ ਹੈ ਇਹ ਗੱਲ ਕਿ ਵੀ ਉਹ ਉੱਥੇ ਲੱਗਣਾ ਸੀ ਉਹਨਾਂ ਦੇ ਲਗਾਤਾਰ ਸਟਰਗਲ ਕਰਕੇ ਉੱਥੇ ਸੰਘਰਸ਼ ਕਰਕੇ ਉਹ ਉੱਥੇ ਲੱਗਣੋਂ ਹਟ ਗਿਆ ਹੁਣ ਉਹ ਕਿੱਥੇ ਲੱਗਦਾ ਕਿੱਥੇ ਨਹੀਂ ਲੱਗਦਾ ਇਹ ਨਹੀਂ ਪਤਾ ਹੈ ਇਸ ਗੱਲ ਦਾ ਹੁਣ ਇੱਕ ਜੀਰੇ ਕੋਲ ਇੱਕ ਫੈਕਟਰੀ ਸੀਗੀ ਸ਼ਰਾਬ ਦਾ ਕਾਰਖਾਨਾ ਸੀ ਮੈਲਬਰੋਜ਼ ਉਹ ਉਹਨੇ ਕਿੰਨਾ ਉਸ ਏਰੀਏ ਦਾ ਪਾਣੀ ਪ੍ਰਲੀਤ ਕੀਤਾ ਉਹਦੇ ਤੇ ਵੀ ਪਿਛਲੇ ਕੁਝ ਸਮੇਂ ਤੋਂ ਉੱਥੇ ਧਰਨਾ ਚੱਲ ਰਿਹਾ ਉਹਨੂੰ ਬੰਦ ਕਰਾਉਣ ਲਈ ਹੁਣ ਜਦੋਂ ਇਹ ਗੱਲ ਕਰਦੇ ਆ ਇੱਕ ਪਾਸੇ ਤਾਂ ਪਾਣੀ ਧਰਤੀ ਦੇ ਵਿੱਚੋਂ ਕੱਢ ਕੇ ਜਲ ਸੰਕਟ ਦਾ ਸਾਹਮਣਾ ਹੋ ਰਿਹਾ ਦੂਜੇ ਪਾਸੇ ਨਹਿਰੀ ਪਾਣੀ ਨਾ ਮਿਲਣਾ ਉਹਦਾ ਸਾਹਮਣਾ ਹੋ ਰਿਹਾ ਤੀਜੇ ਪਾਸੇ ਜੋ ਪਾਣੀ ਸਾਨੂੰ ਮਿਲ ਰਿਹਾ ਨਹਿਰੀ ਪਾਣੀ ਹੋਵੇ ਉਹ ਉਹਨੂੰ ਵੀ ਪਲੀਤ ਕੀਤਾ ਜਾ ਰਿਹਾ ਕਾਰਖਾਨਿਆਂ ਵੱਲੋਂ ਤੇ ਨਾਲ ਦੀ ਨਾਲ ਇਹ ਜਿਹੜੇ ਹੁਣ ਰਿਵਰਸ ਬੋਰਿੰਗ ਚੱਲਣ ਕਰਕੇ ਜਿਹੜੇ ਬੋਰ ਨੇ ਪਾਣੀ ਵਾਰਤ ਕੇ ਮੁੜ ਕੇ ਜ਼ਮੀਨ ਦੇ ਵਿੱਚ ਪਾਉਣਾ ਇਹ ਹੋਰ ਪਾਣੀ ਪਲੀਤ ਕਰ ਰਹੇ ਹਨ ਤਾਂ ਇਹ ਇੰਡਸਟਰੀ ਆ ਜੋ ਕਾਰਖਾਨੇ ਆ ਇਹ ਆਪਦੇ ਉਹਦੇ ਤੇ ਪੂਰੇ ਉੱਤਰ ਰਹੇ ਨੇ ਕਿਵੇਂ ਇਹਨਾਂ ਨੇ ਪੰਜਾਬ ਦਾ ਪਾਣੀ ਆ ਜਿਹੜਾ ਉਹ ਬਰਬਾਦ ਕਰਨਾ ਕਿਵੇਂ ਇਹ ਸਾਨੂੰ ਜਲ ਸੰਕਟ ਦੀਆਂ ਬਰੂਹਾਂ ਤੇ ਲਿਆ ਕੇ ਖੜਾ ਕਰ ਦਿੱਤਾ ਉਹ ਤੋਂ ਅੱਗੇ ਗੱਲ ਕਰੀਏ ਜਿੱਥੇ ਅਸੀਂ ਖੜੇ ਹਾਂ ਘਰੇਲੂ ਵਰਤੋਂ ਤੇ ਹੁਣ ਸਾਡੀ ਉਥੇ ਆਰਓ ਆਗੇ ਅਕਸਰ ਆਰਓ ਦਾ ਰੌਲਾ ਪੈਂਦਾ ਹੈ ਕਿ ਵੀ ਐਡਾ ਕਿੱਡਾ ਪਾਣੀ ਉਹ ਬਰਬਾਦ ਕਰਦੇ ਨੇ ਕਿਵੇਂ ਕਰਦੇ ਨੇ ਤਾਂ ਆਰਓ ਆਗੇ ਉਹਦੇ ਵਿੱਚੋਂ ਜਿੰਨਾ ਪਾਣੀ ਉਹ ਸਾਡੇ ਪੀਣ ਯੋਗਾ ਕਰਦੇ ਨੇ ਲਗਭਗ ਉਨਾ ਹੀ ਬਾਹਰ ਕਰਦੇ ਨੇ ਹੁਣ ਇਹ ਦੇ ਵਖਰੇ ਕਾਰਨ ਨੇ ਵੀ ਇੰਨਾ ਪਾਣੀ ਪਲੀਤ ਕਿਵੇਂ ਹੋ ਗਿਆ ਵੀ ਉਹ ਬਾਹਰ ਘਟਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਪਰ ਇਹ ਆਪਣੇ ਆਪ 'ਚ ਇੱਕ ਮਸਲਾ ਏ ਜਿਹਨੂੰ ਗੰਭੀਰ ਨਾਲ ਵਿਚਾਰਿਆ ਜਾਣਾ ਜ਼ਰੂਰੀ ਆ ਕਿ ਵੀ ਆਖਰ ਆਰੋ ਤੋਂ ਬਿਨਾ ਜੇ ਹੁਣ ਕੋਈ ਕਹੇ ਕਿ ਵੀ ਤੁਸੀਂ ਆਰੋ ਤੋਂ ਬਿਨਾ ਪਾਣੀ ਪੀ ਲੋ ਤਾਂ ਨਾਲ ਦੀ ਨਾਲ ਤੁਹਾਨੂੰ ਕੈਂਸਰ ਦਾ ਜਾਂ ਹੋਰ ਭਿਆਨਕ ਬਿਮਾਰੀਆਂ ਦਾ ਖਤਰਾ ਸ਼ੁਰੂ ਹੋ ਜਾਂਦਾ ਕਿ ਵੀ ਉਹ ਤਾਂ ਨਹੀਂ ਹੋ ਜਾਣਗੀਆਂ ਪਰ ਕੁਝ ਹੱਦ ਤੱਕ ਉਹ ਸੱਚ ਵੀ ਏ ਤਾਂ ਇਹਦਾ ਕੀ ਹੱਲ ਕੀਤਾ ਜਾ ਸਕਦਾ ਇਹਦੇ ਬਾਰੇ ਵੀ ਵਿਚਾਰ ਜ਼ਰੂਰੀ ਆ ਇਸ ਤੋਂ ਅਗਲਾ ਸਾਡੇ ਕੋਲ ਆ ਜਾਂਦਾ ਕਿ ਸਾਡੇ ਸਾਰਿਆਂ ਦੇ ਘਰਾਂ ਦੇ ਵੇੜੇ ਪੱਕੇ ਹੋ ਗਏ ਜਿੰਨਾ ਮੀਂਹ ਜਾ ਵੀ ਰਿਹਾ ਪਾਣੀ ਮੀਂਹ ਪੈ ਵੀ ਰਿਹਾ ਉਹ ਵੀ ਜ਼ਮੀਨ ਦੇ ਵਿੱਚ ਉਸ ਹਿਸਾਬ ਨਾਲ ਨਹੀਂ ਜਾ ਰਿਹਾ ਪਾਣੀ ਪਹਿਲਾਂ ਉਹੀ ਪਾਣੀ ਸੀਗਾ ਜਿਹੜਾ ਦਰਖਤਾਂ ਨੂੰ ਲੱਗਦਾ ਸੀ ਜਿਹੜੇ ਦਰਖਤ ਸਾਡੇ ਵੇੜਿਆਂ 'ਚ ਹੁੰਦੇ ਸੀ ਹੁਣ ਉਹ ਦਰਖਤ ਪੱਟ ਕੇ ਫਰਸ਼ ਲੱਗ ਚੁੱਕੇ ਨੇ ਤੇ ਉਹੀ ਪਾਣੀ ਆ ਜਿੰਨਾ ਸੀ ਫਰਸ਼ ਧੋ ਕੇ ਖਤਮ ਕਰਦੇ ਆਂ ਭਾਵੇਂ ਬਿਲਕੁਲ ਦੇਖਣ ਨੂੰ ਛੋਟਾ ਜਿਹਾ ਮਸਲਾ ਲੱਗਦਾ ਹੈ ਇਹ ਪਾਵੇਂ ਇੰਡਸਟਰੀ ਦੇ ਮੁਕਾਬਲੇ ਜਾਂ ਝੋਨੇ ਦੇ ਮੁਕਾਬਲੇ ਹੈ ਵੀ ਛੋਟਾ ਪਰ ਇਹ ਵੀ ਕਿਤੇ ਨਾ ਕਿਤੇ ਕਾਰਨ ਜ਼ਰੂਰ ਹੈ ਹੁਣ ਇਹ ਤੋਂ ਇਹਦਾ ਹੱਲ ਵੀ ਕੱਢਿਆ ਹੁਣ ਸਾਰੇ ਜਿਵੇਂ ਅੱਜਕੱਲ ਆਪਾਂ ਦੇਖ ਰਹੇ ਹਾਂ ਕਿ ਰੇਨ ਵਾਟਰ ਹਾਰਵੈਸਟਿੰਗ ਦਾ ਚੱਲ ਰਿਹਾ ਉਹ ਐਸੇ ਮਸਲੇ ਦਾ ਹੱਲ ਹੈ ਕਿ ਕਿਵੇਂ ਪੰਮੀ ਦਾ ਪਾਣੀ ਅਸੀਂ ਫੇਰ ਵਾਪਸ ਧਰਤੀ ਦੇ ਵਿੱਚ ਲੈ ਕੇ ਜਾਈਏ ਸਰਕਾਰੀ ਪਾਣੀ ਜੋ ਚੱਲ ਰਿਹਾ ਉਹਦੀਆਂ ਟੂਟੀਆਂ ਪਿੰਡਾਂ ਦੇ ਵਿੱਚ ਜਿਵੇਂ ਚੱਲ ਰਹੀਆਂ ਨੇ ਖੁੱਲੀਆਂ ਹੀ ਚੱਲੀਆਂ ਜਾਂਦੀਆਂ ਉਹ ਬੰਦ ਨਹੀਂ ਹੁੰਦੀਆਂ ਉਹ ਵੀ ਆਪ ਦੇ ਆਪ ਚਾਇਕ ਜੇ ਉਹਦੇ ਬਿੱਲ ਲਾਗੂ ਹੋ ਜਾਣੀਆਂ ਕੋਈ ਹੋਰ ਤਰ੍ਹਾਂ ਦਾ ਹੱਲ ਲੱਭਿਆ ਜਾਵੇ ਤਾਂ ਸ਼ਾਇਦ ਉਹਦੇ ਤੇ ਵੀ ਨਕੇਲ ਪੈ ਜਾਵੇ ਕੰਸਟਰਕਸ਼ਨ ਆ ਉਹ ਵੀ ਲੋੜ ਤੋਂ ਵੱਧ ਹੋ ਰਹੀ ਆ ਹੁਣ ਇਹ ਇਹ ਸੀਗੇ ਕੁਝ ਦਿਸਦੇ ਕਾਰਨ ਜਿਨ੍ਹਾਂ ਬਾਰੇ ਤੁਹਾਨੂੰ ਸਾਰਿਆਂ ਨੂੰ ਲਗਭਗ ਪਤਾ ਹੈ ਹੁਣ ਇਹ ਤੋਂ ਅਗਲੀ ਗੱਲ ਕਰਨਿਆ ਕਿ ਅਣਦਿਸਦਾ ਕਾਰਨ ਕੀ ਆ ਕਿ ਅਸੀਂ ਜਲ ਸੰਕਟ ਦੀ ਉਹਦੇ ਤੇ ਆ ਗਏ ਕੀ ਇਹੋ ਜੀ ਗੱਲ ਹੋਈ ਕਿ ਵੀ ਸਾਨੂੰ ਪਤਾ ਨਹੀਂ ਲੱਗਿਆ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਬਹੁਤ ਦੇਰ ਤੱਕ ਤਾਂ ਇਹ ਗੱਲ ਹੀ ਨਹੀਂ ਮੰਨੀ ਕਿ ਪੰਜਾਬ ਦੇ ਵਿੱਚੋਂ ਪਾਣੀ ਮੁੱਕ ਸਕਦਾ ਹੈ। ਤੁਸੀਂ ਕਿਸੇ ਵੀ ਬਿਜ਼ੁਰਗ ਨਾਲ ਗੱਲ ਕਰ ਲਓ ਜਾਂ ਪਿੰਡਾਂ ਦੇ ਵਿੱਚ ਗੱਲ ਕਰ ਲਓ ਅਜੇ ਵੀ ਇਹ ਗੱਲ ਤੇ ਮੰਨਣ ਨੂੰ ਤਿਆਰ ਨਹੀਂ ਉਹਨਾਂ ਨੂੰ ਐ ਲੱਗਦਾ ਵੀ ਐਂ ਗੁਰੂ ਸਾਹਿਬ ਦੀ ਧਰਤੀ ਤੋਂ ਪਾਣੀ ਨਹੀਂ ਮੁੱਕ ਸਕਦਾ। ਤਾਂ ਇਹ ਗੱਲ ਪਹਿਲਾਂ ਜਦ ਕਿਸੇ ਸਮੱਸਿਆ ਦਾ ਹੱਲ ਉਦੋਂ ਹੀ ਹੋਊਗਾ ਜਦੋਂ ਸਾਨੂੰ ਉਹ ਸਮੱਸਿਆ ਲੱਗੂਗੀ। ਤਾਂ ਇਹ ਇੱਥੇ ਇਹ ਕਿ ਉਹ ਪਾਣੀ ਮੁੱਕੇ ਨਹੀਂ ਸਕਦਾ ਇਹ ਵਾਲਾ ਮਸਲਾ ਵੀ ਸਾਡੇ ਮੂਹਰੇ ਆ। ਤਾਂ ਇਹ ਸਾਨੂੰ ਮੰਨਣਾ ਪੈਣਾ ਵੀ ਦਿਨ-ਬਦ ਦਿਨ ਸਾਡਾ ਭਰਤੀ ਧਰਤੀ ਥੱਲੇ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਤਾਂ ਸਹਿਜ ਜੀ ਗੱਲ ਹੈ ਕਿ ਉਹ ਇੱਕ ਦਿਨ ਮੁੱਕਣਾ ਵੀ ਜ਼ਰੂਰੀ ਹੈ ਹੁਣ ਉਹ ਤੋਂ ਅਗਲੀ ਗੱਲ ਹੈ ਕਿ ਸਾਡਾ ਡਿਵੈਲਪਮੈਂਟ ਮਾਡਲ ਕੀ ਹੈ ਅਸੀਂ ਉਹ ਵੈਸਟ ਦਾ ਫਾਲੋ ਕਰਦੇ ਆਂ ਸਾਨੂੰ ਐਵੇਂ ਲੱਗਦਾ ਹੈ ਕਿ ਹਰ ਚੀਜ਼ ਵੈਸਟ ਉਹ ਹੀ ਮੰਨਦੇ ਨੇ ਕਿ ਜੇ ਦਰਖਤ ਖੜਾ ਹੈ ਇਹਦੇ ਖੜੇਗਾ ਕੋਈ ਫਾਇਦਾ ਨਹੀਂ ਉਦੋਂ ਤੱਕ ਜਦੋਂ ਤੱਕ ਇਹਦੀ ਜਿਹੜੀ ਲੱਕੜ ਆ ਉਹ ਕਿਸੇ ਕੰਮ ਨਹੀਂ ਆਉਂਦੀ ਜੇ ਜ਼ਮੀਨ ਪਈ ਆ ਜਿਹਦੇ ਚ ਫਸਲ ਨਹੀਂ ਬੀਜੀ ਗਈ ਇਹ ਬੇਕਾਰ ਪਈ ਆ ਇਹ ਅਨਯੂਜ਼ੇਬਲ ਰਿਸੋਰਸ ਆ ਤੇ ਇਹਨੂੰ ਯੂਜ਼ ਕਰਨ ਲਈ ਪੱਕਾ ਹੀ ਆ ਕਿ ਇਹਦੇ ਤੇ ਕੁਝ ਨਾ ਕੁਝ ਉਗਾਇਆ ਜਾਣਾ ਚਾਹੀਦਾ ਤੇ ਵੱਧ ਤੋਂ ਵੱਧ ਜਿੰਨਾ ਅਸੀਂ ਉਹ ਤੋਂ ਲੈ ਸਕਦੇ ਆ ਉਹ ਲੈਣਾ ਚਾਹੀਦਾ ਤਾਂ ਸਾਡਾ ਇਹ ਜਿਹੜਾ ਡਿਵੈਲਪਮੈਂਟ ਮਾਡਲ ਆ ਸਾਡਾ ਇਹ ਤਰੱਕੀ ਕਰਨੇ ਵਾਲਾ ਮਾਡਲ ਆ ਇਹ ਇਹ ਇਸ ਦੀ ਮੇਨ ਜੜਾ ਹੈ ਕਿ ਅਸੀਂ ਮੇਨ ਕਿਹੜੀ ਚੀਜ਼ ਨੂੰ ਰੱਖਿਆ ਹੈ ਅਸੀਂ ਸਬਰ ਸੰਤੋਖ ਨੂੰ ਰੱਖ ਰਹੇ ਆ ਕਿ ਅਸੀਂ ਪੈਸੇ ਨੂੰ ਰੱਖ ਰਹੇ ਆ ਉਦੋਂ ਅੱਗੇ ਗੱਲ ਆਉਂਦੀ ਹੈ ਇਹ ਪੂੰਜੀਵਾਦ ਜੋ ਮਾਡਲ ਹੈ ਇਹਦਾ ਤਾਂ ਮੇਨ ਕੰਮ ਹੀ ਇਹੀ ਹੈ ਕਿ ਇਹਨੇ ਪ੍ਰੋਫਿਟ ਕਰਨਾ ਹੈ ਤੇ ਗੁਰਮਤ ਦੇ ਹਿਸਾਬ ਨਾਲ ਸਾਨੂੰ ਕਿਤੇ ਨਾ ਕਿਤੇ ਲਾਈਨ ਆ ਜਿਹੜੀ ਇਹ ਖਿੱਚਣੀ ਪੈਣੀ ਆ ਹੁਣ ਸਾਡਾ ਜਿਹੜਾ ਪੈਟਰਨ ਆਫ ਲਾਈਫ ਆ ਅਸੀਂ ਜ਼ਿੰਦਗੀ ਜਿਉਣੀ ਆ ਉਹ ਬਦਲ ਗਿਆ ਗੁਰੂ ਸਾਹਿਬ ਦਾ ਉਪਦੇਸ਼ ਆ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਅਸੀਂ ਕਿਰਤ ਕਰਕੇ ਰਾਜੀ ਆ ਹੁਣ ਪਰ ਬਹੁਤ ਹੱਦ ਤੱਕ ਵੀ ਸਾਨੂੰ ਇਹ ਲੱਗਦਾ ਕਿ ਨਹੀਂ ਬਸ ਇੰਨੇ ਜ਼ਿਆਦਾ ਕਿਰਤ ਕਰਨ ਦੀ ਲੋੜ ਨਹੀਂ ਇਸੇ ਲਈ ਸਾਨੂੰ ਆਏ ਲੱਗਦਾ ਕਿ ਘਾਹ ਖੋਦਣਾ ਜਾਂ ਉਹ ਉਹ ਨਹੀਂ ਹੋ ਸਕਦਾ ਉਹਦੀ ਜਗ੍ਹਾ ਤੇ ਰਾਉਂਡ ਅਪ ਕਰਨਾ ਦਵਾਈ ਲਾਉਣੀ ਤੇ ਉਹ ਠੀਕ ਆ ਦਵਾਈ ਮਾਰ ਦੋ ਉਹਦੀ ਛੜਕਾਅ ਕਰ ਦੋ ਤੇ ਉਹ ਸੁੱਕ ਜਾਊਗਾ ਉਹ ਠੀਕ ਆ ਪਰ ਅਸੀਂ ਘਾਹ ਬੈਠ ਕੇ ਉਹਨੂੰ ਖੋਦ ਨਹੀਂ ਸਕਦੇ ਅਸੀਂ ਉਹ ਧਰਤੀ ਦਾ ਜੋ ਸਤਕਾਰ ਆ ਉਹ ਨਹੀਂ ਕਰ ਸਕਦੇ ਉਸ ਹਿਸਾਬ ਦੇ ਨਾਲ ਤਾਂ ਇਹ ਜਿਹੜੀਆਂ ਬਿਮਾਰੀਆਂ ਨੇ ਇਹ ਕਿਰਤ ਨਾ ਕਰਨਾ ਇਹ ਵੀ ਆਪ ਦੇ ਆਪ ਚ ਇੱਕ ਪਾਣੀ ਜਿਹੇ ਜਾਂ ਵਾਤਾਵਰਨ ਦੇ ਸੰਕਟ ਦੇ ਮੁੱਖ ਮਸਲੇ ਆ ਇਹ ਤੋਂ ਅੱਗੇ ਹੁਣ ਟੈਕਨੋਲੋਜੀ ਦੀ ਗੱਲ ਕਰਦੇ ਆ ਕਿ ਜਿੰਨਾ ਵੱਧ ਅਸੀਂ ਤਕਨੀਕ ਦੇ ਨੇੜੇ ਜਾਂਦੇ ਜਾਂਦੇ ਹਾਂ ਉਹਨਾਂ ਵੱਦ ਸਾਨੂੰ ਲੱਗਦਾ ਰਹਿੰਦਾ ਕਿ ਅਸੀਂ ਮਾਡਰਨ ਹੋ ਗਏ ਅਸੀਂ ਡਿਵੈਲਪ ਹੋ ਗਏ ਤਾਂ ਹੁਣ ਅਸਲ ਦੇ ਵਿੱਚ ਜੇ ਗੱਲ ਕਰੀਏ ਤਾਂ ਇਹ ਜਿਹੜੀ ਮਾਡਰਨਿਟੀ ਆ ਜਾਂ ਡਿਵੈਲਪਮੈਂਟ ਆ ਇਹ ਪੂੰਜੀਵਾਦ ਦੇ ਕੈਪੀਟਲਿਸਟ ਦੇ ਇੱਕ ਟੂਲਸ ਨੇ ਉਹ ਇਹ ਵਰਤਦੇ ਨੇ ਗੱਲ ਕਿ ਕਿਵੇਂ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਹੋ ਕਿਵੇਂ ਤੁਸੀਂ ਲੋਕਾਂ ਨੂੰ ਆਪਣੇ ਪਿੱਛੇ ਲਾ ਸਕਦੇ ਹੋ ਤੋਂ ਤੋਂ ਨੂੰ ਮਾਡਰਨਿਟੀ ਦਾ ਇੱਕ ਚਾਂਸਾ ਦਿਖਾਉਂਦੇ ਨੇ ਇੱਕ ਮਾਡਲ ਦਿਖਾਉਂਦੇ ਨੇ ਤੁਹਾਨੂੰ ਲੱਗਦਾ ਕਿ ਵੀ ਹਾਂ ਠੀਕ ਆ ਇਹ ਇਸ ਚੀਜ਼ ਨੂੰ ਮਾਡਰਨ ਹੋਣਾ ਜਿਵੇਂ ਹੁਣੇ ਹੀ ਪਹਿਲਾਂ ਅਸੀਂ ਪ੍ਰੋਫੈਸਰ ਸਾਹਿਬ ਗੱਲ ਕਰ ਰਹੇ ਸੀ ਕਿ ਉਹ ਕਿੱਥੋਂ ਚੱਲਿਆ ਉਹਨਾਂ ਦਾ ਮਾਡਰਨਿਟੀ ਦਾ ਕੰਮ ਕਿ ਕਿਵੇਂ ਸੁਸਾਇਟੀ ਤੋਂ ਤੁਸੀਂ ਆਪਦੀਆਂ ਜੁਆਇੰਟ ਫੈਮਲੀਆਂਸ ਤੇ ਆ ਗਏ ਜੁਆਇੰੰਟ ਫੈਮਲੀਆਂਸ ਤੋਂ ਤੁਸੀਂ ਨਿਊਕਲੀਅਰ ਫੈਮਲੀਆਂਸ ਤੇ ਆ ਗਏ ਨਿਊਕਲੀਅਰ ਫੈਮਲੀਆਂ ਤੋਂ ਵੀ ਅੱਗੇ ਗੱਲ ਸ਼ੁਰੂ ਹੋ ਗਈ ਕਿ ਤੁਸੀਂ ਆਪਦੇ ਬਾਰੇ ਸੋਚਣਾ ਸ਼ੁਰੂ ਕਰਤਾ ਕਿ ਮੈਂ ਕੀ ਹਾਂ ਮੇਤੋਂ ਬਾਅਦ ਮੇਰੇ ਬੱਚੇ ਜਾਂ ਮੇਤੋਂ ਬਾਅਦ ਮੇਰੇ ਪੇਰੈਂਟ ਸਭ ਤੋਂ ਪਹਿਲਾਂ ਇੰਡੀਵਿਜੂਅਲ ਤੇ ਫੋਕਸ ਕਰ ਲਿਆ ਜਿਹਨੂੰ ਤਾਂ ਟਾਈਮ ਹੀ ਨਹੀਂ ਮਿਲ ਰਿਹਾ ਉਸੇ ਗੱਲ ਤੇ ਫੋਕਸ ਕਰ ਲਿਆ ਆਪਦੇ ਬਾਰੇ ਸੋਚਣਾ ਇਹਦੇ ਉਲਟ ਜਿਹੜਾ ਸਾਡਾ ਗੁਰਮਤ ਦਾ ਫਲਸਫਾ ਉਹ ਹੈ ਸਰਬੱਤ ਦਾ ਭਲਾ ਕਿ ਸਾਰਿਆਂ ਬਾਰੇ ਹੀ ਉਹੀ ਗੱਲ ਸੋਚਣੀ ਠੀਕ ਹੈ ਤਾਂ ਇਹ ਜੋ ਪੂੰਜੀਵਾਦ ਦੇ ਮਾਡਲ ਨੇ ਤਾਂ ਅਸੀਂ ਇਸ ਨੂੰ ਐਵੇਂ ਹੀ ਮੰਨਦੇ ਆ ਕਿ ਇਹ ਇਹ ਕਿਤੇ ਨਾ ਕਿਤੇ ਸਾਡੇ ਲਈ ਵੱਡਾ ਚੈਲੰਜ ਨੇ ਵੀ ਅਸੀਂ ਇਹਨਾਂ ਨੂੰ ਫੋਲੋ ਕਰਨਾ ਹੈ ਇਹਨਾਂ ਦੇ ਪਿੱਛੇ ਜਾਣਾ ਕਿ ਨਹੀਂ ਜਾਣਾ ਹੁਣ ਏਸੇ ਡਿਵੈਲਪਮੈਂਟ ਮਾਡਲ ਦੇ ਚੱਲਦੇ-ਚੱਲਦੇ ਸਾਨੂੰ ਇਹ ਲੱਗਦਾ ਕਿ ਅਸੀਂ ਔਖੇ ਤੋਂ ਸੌਖੇ ਕਿਵੇਂ ਹੋਣਾ ਹੈ ਇਸ ਰਾਹ ਤੇ ਅਸੀਂ ਤੁਰਪੇ ਵੀ ਕੋਈ ਵੀ ਕੰਮ ਦੋ ਰਾਹ ਹੋਣ ਸਾਡੇ ਅੱਗੇ ਕੋਕਾ ਹੋਵੇ ਭਾਵੇਂ ਉਹ ਸਾਡੇ ਲਈ ਫਾਇਦੇਚ ਹੋਵੇ ਜੇ ਥੋੜਾ ਸੌਖਾ ਹੈ ਤਾਂ ਸਾਡੀ ਇੱਛਾ ਹੁੰਦੀ ਆ ਕਿ ਅਸੀਂ ਸੌਖੇ ਪਾਸੇ ਹੀ ਤੁਰੀਏ ਐਸੀ ਕਰਕੇ ਉਹ ਜਿਹੜਾ ਝੋਨੇ ਨਾ ਛੱਡਣ ਦਾ ਕਾਰਨ ਆ ਉਹ ਵੀ ਇੱਕ ਮੇਨ ਇਹੀ ਆ ਕਿ ਝੋਨੇ ਦੀ ਫਸਲ ਨੂੰ ਵੀਜਣ ਲਈ ਲੇਬਰ ਚਾਹੀਦੀ ਆ ਮਤਲਬ ਜਿਨੇ اگਾਉਣੀ ਆ ਉਹਦਾ ਆਪ ਦਾ ਕੋਈ ਜ਼ਿਆਦਾ ਜੋਰ ਉਸ ਹਿਸਾਬ ਨਾਲ ਨਹੀਂ ਲੱਗਦਾ ਤੇ ਅਗਲਾ ਇਹ ਤੋਂ ਕਾਰਨ ਹੈ ਕਿ ਸਾਡਾ ਸਟੇਟਸ ਕੋ ਹੋ ਗਿਆ ਸਾਡੇ ਖਰਚੇ ਵਧ ਗਏ ਸਾਡੀਆਂ ਲੋੜਾਂ ਵਧ ਗਈਆਂ ਪਰ ਸਾਨੂੰ ਕਿਤੇ ਨਾ ਕਿਤੇ ਲਾਈਨੇ ਡਰਾ ਕਰਨੀ ਪੈਣੀ ਆ ਵੀ ਇਹ ਤੋਂ ਅੱਗੇ ਨਹੀਂ ਜਾਣਾ ਹੈ ਇਸੇ ਕਰਕੇ ਅਸੀਂ ਔਖੇ ਵੀ ਹੁੰਨੇ ਆ ਪਰ ਚੱਲਦਾ ਰਹਿੰਦਾ ਵਿਦੇਸ਼ 'ਚ ਇੱਕ ਮੂਵਮੈਂਟ ਚੱਲਿਆ ਮਿਨਿਮਲਿਸਟਿਕ ਮੂਵਮੈਂਟ ਉਹਦੇ ਵਿੱਚ ਉਹ ਘੱਟ ਤੋਂ ਘੱਟ ਵਿਜੇ ਚਾਰ ਸੂਟਾਂ ਦੇ ਆਪਣੇ ਉਹਦੇ ਨਾਲ ਸਰਦਾ ਤੇ ਉਹਨਾਂ ਉਹਨੇ ਨਾਲ ਹੀ ਸਾਰਨਾ ਉਹ ਤੋਂ ਵੱਧ ਨਹੀਂ ਲੈਣੇ ਇਹ ਨਹੀਂ ਹੈ ਕਿ ਵੀ ਬਸ ਹੁਣ ਮੇਰਾ ਸਟੇਟਸ ਕੋ ਹੈ ਤਾਂ ਬਾਅਦ ਮੈਨੂੰ ਵੱਧ ਚਾਹੀਦੇ ਨੇ ਤਾਂ ਮੈਂ ਜ਼ਿਆਦਾ ਲੈਣੇ ਨੇ 2 ਹੋਗੇ 4 ਹੋਗੇ 10 ਹੋਗੇ 20 ਹੋਗੇ ਮਤਲਬ ਚੱਲੀ ਜਾਣਾ ਕੰਮ ਜਦੋਂ ਤੱਕ ਪਹਿਲੇ ਨਹੀਂ ਪਾੜਦੇ ਉਹਨੇ ਹੀ ਛੱਡ ਦੇ ਠੀਕ ਹੈ ਤਾਂ ਉਹ ਇਸ ਗੱਲ ਨੂੰ ਮੰਨਦੇ ਨੇ ਕਿ ਕਿਵੇਂ ਨਾ ਕਿਵੇਂ ਆਪਣੀਆਂ ਖਰਚੇ ਨੇ ਆਪਣੀਆਂ ਜ਼ਰੂਰਤਾਂ ਘਟਾਈਆਂ ਜਾਣ ਇਸੇ ਨਾਲ ਹੀ ਜਿਹੜਾ ਵਾਤਾਵਰਣ ਆ ਜਾਂ ਪਾਣੀ ਆ ਉਹ ਉਸ ਹਿਸਾਬ ਨਾਲ ਬਚ ਸਕਦਾ ਹੈ ਹੁਣ ਅਗਲਾ ਜੋ ਅੰਤਰ ਹੈ ਉਹ ਹੈ ਆਰਸੀ ਤੇ ਉਦਮੀ ਹੋਣ ਦਾ ਸਾਡਾ ਜਿਹੜਾ ਫਰਕ ਹੈ ਤੁਸੀਂ ਸਾਰਿਆਂ ਨੇ ਇੱਕ ਮਸ਼ਹੂਰੀ ਦੇਖੀ ਹੋਊਗੀ ਟੀਵੀ ਤੇ ਆਮ ਚਲਦੀ ਆ ਮੰਚ ਦੀ ਐਡ ਆ ਉਹ ਵੀ ਉਹਦੇ ਵਿੱਚ ਇੱਕ ਬਜ਼ੁਰਗ ਔਰਤ ਹੁੰਦੀ ਆ ਉਹਨੇ ਸ਼ਾਇਦ ਖੁੰਡੀ ਲੈਣੀ ਹੁੰਦੀ ਆ ਤੇ ਉਹ ਕਿਸੇ ਮੁੰਡੇ ਨੂੰ ਤੁਹਾਡੇ ਵਰਗੇ ਨੂੰ ਹਾਕ ਮਾਰਦੀ ਆ ਕਿ ਮੇਰੇ ਕੋਲ ਆਓ ਤੇ ਉਹ ਖੜਾ ਮੰਚ 'ਤੇ ਚਾਕਲੇਟ ਖਾ ਰਿਆ ਹੁੰਦਾ ਉਹ ਨਹੀਂ ਜਾਂਦਾ ਤੇ ਇੰਨੇ ਚਿਰ ਨੂੰ ਉੱਪਰੋਂ ਮਤਲਬ ਛੱਤ ਤੋਂ ਕੁਝ ਡਿੱਗ ਜਾਂਦਾ ਤੇ ਉਹ ਬਚ ਜਾਂਦਾ ਉਹ ਅਖੀਰ 'ਚ ਇੱਕ ਲੋਗੋ ਮਤਲਬ ਲਾਈਨ ਬੋਲਦੇ ਨੇ ਵੀ ਕبھی ਕੁਝ ਨਾ ਕਰਨਾ ਵੀ ਅੱਛਾ ਹੁੰਦਾ ਹੈ ਕੁਸ਼ ਹੈ ਮੇਰੀ ਲਾਈਨ ਹੁੰਦੀ ਆ ਤੇ ਕਿਵੇਂ ਉਹ ਆਲਸ ਹੋਣ ਆਲਸੀ ਹੋਣ ਨੂੰ ਕਿਵੇਂ ਉਹ ਲੈਜਟੀਮਾਈ ਕਰ ਰਹੇ ਨੇ ਕਿਵੇਂ ਉਹ ਪ੍ਰੋਮੋਟ ਕਰ ਰਹੇ ਨੇ ਇਹ ਗੱਲ ਵਾਕਈ ਸੋਚਣ ਦੀ ਆ ਇਹ ਸਾਰੇ ਮਸਲੇ ਇਹਨਾਂ ਸਾਰੇ ਮਸਲਿਆਂ ਦੀ ਜੜ ਇਕੋ ਹੀ ਆ ਉੱਥੇ ਹੀ ਪਹੁੰਚਦੇ ਨੇ ਸਾਰੇ ਚਾਹੇ ਤੁਸੀਂ ਵਾਤਾਵਰਣ ਦਾ ਮਸਲਾ ਲੈ ਲਓ ਚਾਹੇ ਤੁਸੀਂ ਪਾਣੀ ਦਾ ਮਸਲਾ ਲੈ ਲਓ ਚਾਹੇ ਤੁਹਾਡੀ ਜੀਵਨ ਜਾਂਚ ਦਾ ਮਸਲਾ ਆ ਆਣ ਦੇਸ ਦੇ ਕਾਰਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਲੀ ਭੰਦੀ ਪਤਾ ਹੈ ਉਹ ਸਾਡੀਆਂ ਸਰਕਾਰ ਦੀਆਂ ਨੀਤੀਆਂ ਉਹ ਪਾਲਿਸੀਜ਼ ਉਹ ਕਿਵੇਂ ਸਹੀ ਹੋਣਗੀਆਂ ਕਿਵੇਂ ਉਹ ਡਿਵੈਲਪਮੈਂਟ ਮਾਡਲ ਨੂੰ ਛੱਡਣਗੇ ਉਹਨਾਂ ਸਾਰਿਆਂ ਲਈ ਤੁਹਾਨੂੰ ਸੁਖਜੀਤ ਸਿੰਘ ਵਧੇਰੇ ਜਾਣਕਾਰੀ ਦੇਣਗੇ ਮੈਂ ਬਿਲਕੁਲ ਇੱਕੋ ਹੀ ਗੱਲ ਤੇ ਗੱਲ ਮਕਾਉਣੀ ਆ ਕਿ ਜਿੰਨੀ ਪਬਲਿਕ ਅਵੇਅਰਨੈਸ ਵਧੂਗੀ ਉਹਨਾਂ ਉਹਨਾਂ ਤੇ ਪ੍ਰੈਸ਼ਰ ਵਧੂਗਾ ਤੇ ਉਹਨਾਂ ਤੁਹਾਡੇ ਪੱਖ ਦੀਆਂ ਗੱਲਾਂ ਸ਼ੁਰੂ ਹੋਣਗੀਆਂ ਤਾਂ ਹੁਣ ਇੰਨੀਆਂ ਕੁ ਗੱਲਾਂ ਨਾਲ ਮੈਂ ਆਪਦਾ ਲੈਕਚਰ ਖਤਮ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ